ਯਾਤਰੀ ਹੁੰਦੇ ਆ ਬੜੀ ਬੜੀ ਦੂਰੋਂ ਪੈਦਲ ਆਉਂਦੇ ਆ, ਕਈ ਤਾਂ ਚੱਪਲਾਂ ਪਾਏ ਤੋਂ ਬਗੈਰ ਆਉਂਦੇ ਆ, ਇੰਨੀ ਸ਼ਰਧਾ ਲੋਕਾਂ ਦੀ ਹੁੰਦੀ ਆ। ਔਰ ਤੁਹਾਨੂੰ ਪਤਾ ਹੀ ਆ ਕਿ ਸੜਕਾਂ ਦਾ ਹਾਲ, ਇਹਦੇ ਵਿੱਚ ਸੱਟ ਲੱਗ ਜਾਂਦੀ ਹੈ, ਕਿਤੇ ਚੋਟ ਲੱਗ ਜਾਂਦੀ ਆ, ਘੱਟੋ ਘੱਟ ਉਹਨੂੰ ਫਸਟ ਏਡ ਤਾਂ ਮਿਲ ਜਾਂਦੀ ਆ ਨਾ, ਅਗਲਾ ਅੱਗੇ ਜਾਣ ਜੋਗਾ ਤਾਂ ਹੋ ਜਾਂਦਾ ਨਾ। ਇਹ ਕਹਿੰਦੇ ਕਿ ਉੱਥੇ ਹੈਂਡੀਕੈਪ ਹੋ ਜਾਂਦਾ, ਖਾਣ ਨੂੰ ਵੀ ਦਵਾਈ ਮਿਲ ਜਾਂਦੀ, ਉੱਪਰ ਡਰੈਸਿੰਗ ਵੀ ਹੋ ਜਾਂਦੀ ਆ, ਸਭ ਕੁਝ ਉਹਦਾ ਹੋ ਜਾਂਦਾ ਕੰਮ। ਅਤੇ ਹੀ ਇਜ਼ ਆਲਵੇਜ਼ ਥੈਂਕਫੁਲ ਕਿ ਚਲੋ ਭਾਈ ਮੈਨੂੰ ਫਸਟ ਏਡ ਲੱਗੀ ਫਰੀ ਆਫ ਕੋਸਟ, ਕਿਤੇ ਵੀ ਜਾਵੇ ਨਹੀਂ ਤਾਂ ਅਗਰ ਦੋ ਚਾਰ ਪੈਸੇ ਵੀ ਗੱਲ ਕਰਦਾ। 30 ਸਾਲਾਂ ਤੋਂ ਅਸੀਂ ਕੈਂਪ ਚਲਾਇਆ ਹੈਗਾ, ਔਰ ਇੱਥੇ ਸੇਵਾਵਾਂ ਬਹੁਤ ਅੱਛੀਆਂ ਹੈਗੀਆਂ, ਔਰ ਹਰ ਇੱਕ ਬੰਦਾ ਐਪਰੀਸ਼ੀਏਟ ਕਰਦਾ ਹੈਗਾ। ਅਤੇ ਬਾਕੀ ਹੋਰ ਵੀ ਜਿਹੜੀਆਂ ਕੋਈ ਬੰਦਾ ਆਉਂਦਾ ਗਰੀਬ ਚੁਰੀ ਜਾਂਦੀ ਆ, ਜਿਹਦੇ ਨਹੀਂ ਵਿਆਹ ਕਰ ਸਕਦੇ, ਉਹਨਾਂ ਦੀ ਮਦਦ ਕਰ ਦੇਈਦੀ ਆ। ਸਰ ਇੱਥੇ ਅੱਜ ਅਸੀਂ ਮਤਲਬ ਕਿ ਫਰੀ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ, ਪਿਛਲੇ 30 ਸਾਲਾਂ ਤੋਂ ਲਗਾਤਾਰ ਇੱਥੇ ਕੈਂਪ ਲਗਾ ਰਹੇ ਹਾਂ। ਅੱਛਾ ਜੀ, ਤੇ ਇਸ ਵਾਰ ਵੀ ਅਸੀਂ ਮਤਲਬ 4 ਤਰੀਕ ਤੋਂ ਲੈ ਕੇ ਤੇ 11 ਤਰੀਕ ਤੱਕ ਲਗਾਵਾਂਗੇ। ਤੇ ਆਪਾਂ ਇੱਥੇ ਜਿਹੜੇ ਮਤਲਬ ਯਾਤਰੂ ਜਾ ਰਹੇ ਆ ਉਹਨਾਂ ਨੂੰ ਫਸਟ ਏਡ ਦੇ ਰਹੇ ਹਾਂ ਜੀ। ਬਾਕੀ ਜੇ ਕੋਈ ਮੇਜਰ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਮਤਲਬ ਐਂਬੂਲੈਂਸ ਦੇ ਥਰੂ ਮਤਲਬ ਸਿੱਧਾ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਭੇਜ ਦਿੰਦੇ ਜੀ। ਇੱਥੇ ਦੇਖੋ ਜੀ, ਮਤਲਬ ਲਗਭਗ ਸ਼ਹਿਰ ਦੇ ਸਾਰੇ ਡਾਕਟਰ ਆ ਕੇ ਮਤਲਬ ਸੇਵਾ ਕਰਕੇ ਜਾ ਰਹੇ ਆ। ਫਿਲਹਾਲ ਡਾਕਟਰ ਨਰੇਸ਼ ਸੂਦ ਜੀ ਸਾਡੇ ਬਹੁਤ ਸੀਨੀਅਰ ਡਾਕਟਰ ਨੇ, ਔਰ IMA ਦੇ ਪਾਸ ਪ੍ਰੈਜੀਡੈਂਟ ਵੀ ਨੇ। ਉਸ ਤੋਂ ਬਾਅਦ ਸਿਵਲ ਸਰਜਨ ਸਾਹਿਬ ਰਿਟਾਇਰਡ ਹੋਏ ਹੋਣੇ, ਗਰਗ ਸਾਹਿਬ ਹਰਜਿੰਦਰ ਗਰਗ ਜੀ, ਡਾਕਟਰ ਸਿੰਗਲਾ ਜੀ ਤੇ ਡਾਕਟਰ ਚੌਹਾਨ ਜੀ ਰਿਟਾਇਰਡ ਹੋਏ ਹੋਣੇ, ਮਤਲਬ ਇਹਨਾਂ ਨੇ ਵੀ ਜੁਆਇਨ ਕੀਤਾ ਆਪਣੇ ਆਮ ਆਦਮੀ ਕਲੀਨਿਕ, ਇਹ ਵੀ ਮਤਲਬ ਸੇਵਾਵਾਂ ਦੇ ਰਹੇ ਆ। ਹੋਰ ਸਾਡੇ ਜਿੰਨੇ ਵੀ ਵਲੰਟੀਅਰਸ ਹੈਗੇ ਆ ਸੋਸਾਇਟੀ ਦੇ ਸਾਰੇ ਮਤਲਬ ਦਿਲੋਂ